ਇਟਲੀ ਦੇ ਵਿੱਚ ਹੋ ਚੁੱਕੀਆਂ ਵਰਲਡ ਚੈਂਪੀਅਨ ਰੈਸਲਿੰਗ ਦੇ ਵਿੱਚ ਪੰਜਾਬ ਦੇ ਸ਼ੇਰ ਜਸਪੂਰਨ ਸਿੰਘ ਨੇ ব্রੌਂਸ ਮੈਡਲ ਜਿਹੜਾ ਕਿ ਹਾਸਲ ਕੀਤਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕਿਵੇਂ ਦਾ ਭਾਈ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਪੰਜਾਬ ਟੂਡੇ ਦੀ ਪੂਰੀ ਟੀਮ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਤੁਹਾਡਾ ਮੁਬਾਰਕਾਂ ਲਈ ਤੇ ਵਧੀਆ ਮਹਿਸੂਸ ਹੋ ਰਿਹਾ ਹੈ ਕਾਫੀ ਖੁਸ਼ੀ ਵੀ ਹੋ ਰਹੀ ਹੈ ਤੇ ਉੱਥੇ ਆ ਵੀ ਖੁਸ਼ੀ ਹੈ ਕਿ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਉੱਥੇ ਹਾਂਜੀ ਤੇ ਬਈ ਲੋਕਾਂ ਦਾ ਕਿਵੇਂ ਦਾ ਤੁਹਾਨੂੰ ਹੰਗਾਰਾ ਮਿਲਿਆ ਤੁਸੀਂ ਇਹਨੇ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਬਹੁਤ ਵੀ ਹੱਲਾਸ਼ੇਰੀ ਦਿੱਤੀਆਂ ਮੰਨ ਲਓ ਵੀ ਅੱਗੇ ਨੂੰ ਹੋਰ ਮੰਨ ਲਓ 골ਡ ਲੈ ਕੇ ਆਉਣਾ ਅਗਲੀ ਵਾਰ ਉੱਥੇ ਬੜਾ ਮਾਣ ਮਹਿਸੂਸ ਹੋਇਆ ਆਪਣੇ ਪੰਜਾਬ ਦੇ ਲੋਕਾਂ ਨਾਲ ਤੇ ਬਈ ਤੁਸੀਂ ਸੋਚਿਆ ਸੀਗਾ ਜੋ ਤੁਸੀਂ ਇਹਦੀ ਤਿਆਰੀ ਕਰ ਰਹੇ ਸੀਗੇ ਕੋਈ ਤੁਹਾਨੂੰ ਅਰਚਨਾ ਆਈਆਂ ਹੁਣ ਜਾਂ ਤੁਸੀਂ ਕਿਵੇਂ ਕਿਵੇਂ ਤੁਹਾਡੇ ਮਾਈਂਡ ਸੈਟਅਪ ਕਿਵੇਂ ਕੀਤਾ ਤੁਸੀਂ ਅਰਚਨਾ ਪਹਿਲਾਂ ਪਲਾਨਿੰਗ ਕੀਤਾ ਹੋਇਆ ਸੀ ਜੀ 1-2 ਸਾਲ ਤੋਂ ਵੀ ਮੈਂ ਇੱਥੇ ਵੀ ਆ 2022 ਵਾਲੀ ਵਾਲੇ ਚੈਂਪੀਅਨਸ਼ਿਪ ਚ ਜਾਣਾ ਤੇ ਮੈਡਲ ਵੀ ਲੈ ਕੇ ਆਉਂਗਾ ਤੇ ਹੁਣ ਅੱਗੇ ਦਾ ਵੀ ਪਲਾਨ ਕੀਤਾ ਹੋਇਆ ਮੈਂ ਪਹਿਲਾਂ ਹੀ ਹਾਂਜੀ ਤੇ ਇਹ ਪੂਰੇ ਪੰਜਾਬ ਲਈ ਨਹੀਂ ਬਲਕਿ ਪੂਰੇ ਭਾਰਤ ਲਈ ਬੜੀ ਪੂਰੇ ਮਾਣ ਦੀ ਗੱਲ ਹੈ ਕਿ ਤੁਸੀਂ ਅੱਜ ਜਿਹੜਾ ਮੈਡਲ ਲੈ ਕੇ ਆਏ ਹੋ ਤੇ ਤੁਸੀਂ ਪੰਜਾਬ ਦੇ ਇਕਲੌਤੇ ਹੋ ਮੇਰੇ ਖਿਆਲ ਨਾਲ ਜਿਹੜਾ ਕਿ ਇਵੈਂਟ ਲੈ ਕੇ ਪੰਜਾਬ ਦਾ ਮੈਂ ਇਕੱਲਾ ਹੀ ਸੀ ਆਪਣਾ ਟੀਮ ਚ ਬਾਕੀ ਹਰਿਆਣਾ ਕੋਈ ਬਹੁਤ ਅਲੱਗ ਅਲੱਗ ਸਟੇਟ ਦੇ ਪੰਜਾਬ ਦਾ ਮੈਂ ਇਕੱਲਾ ਹੀ ਸੀ ਅੱਛਾ ਤੇ ਮੈਨੂੰ ਇੱਕ ਗੱਲ ਦੱਸੋ ਉੱਥੇ ਜਦੋਂ ਤੁਸੀਂ ਗਏ ਉੱਥੇ ਜਿਹੜੇ ਕੋਚਿਸ ਸੀਗੇ ਸਾਰੇ ਬਾਹਰਲੇ ਕੋਈ ਤੁਹਾਨੂੰ ਕੋਈ ਤੁਹਾਡੇ ਮਨ ਦੇ ਅੰਦਰ ਕੋਈ ਏਦਾਂ ਦਾ ਡਰ ਰਿਹਾ ਕੋਈ ਤੁਹਾਨੂੰ ਨਰਵਸਨੈਸ ਹੋਈ ਸੀ ਉਦੋਂ ਪਹਿਲੇ ਜਾਂਦੀ ਥੋੜੀ ਪਹਿਲੇ ਦਿਨ ਤਾਂ ਠੀਕ ਰਿਹਾ 2-3 ਦਿਨ ਫਿਰ ਥੋੜੀ ਜੀ ਨਰਵਨਸਨ ਹੋਈ ਬਾਅਦ ਚ ਫਿਰ ਕਰੇ ਫੋਨ ਕਰਕੇ ਪਾਪਾ ਨਾਲ ਗੱਲ ਕਰੀ ਕਰੇ ਵੀਰ ਨਾਲ ਗੱਲ ਕਰੀ ਉਹਨਾਂ ਨੇ ਫਿਰ ਹੋਰ ਹੱਲਾਸ਼ੇਰੀ ਦੇ ਦਿੰਦੇ ਆ ਫਿਰ ਸਭ ਕੁਝ ਸੈੱਟ ਹੋ ਗਿਆ ਜੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਪਹਿਲਵਾਨੀ ਦੇ ਵਿੱਚ ਤੁਸੀਂ ਉਹ ਪਹਿਲੇ ਆ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਹੋਰ ਹੈਗਾ ਪਰਿਵਾਰ ਚੋਂ ਮੇਰੇ ਪਹਿਲਾਂ ਫਾਦਰ ਸਾਹਿਬ ਪਾਪਾ ਨੇ ਪਹਿਲਵਾਨੀ ਕਰੀ ਸ਼ੁਰੂ ਕਰੀ ਉਹਨਾਂ ਨੇ ਜੀ ਤੇ ਬਾਅਦ ਚ ਮੇਰਾ ਵੀਰਾ ਵੀ ਉਹ ਪਾਪਾ ਮੇਰੇ ਤਕੜੇ ਪਹੌਣਾ ਰਹੇ ਆ ਮਿੱਟੀ ਚ ਤਾਂ ਬਾਅਦ ਚ ਮੇਰਾ ਵੀਰਾ ਆਪਣਾ ਉਹ ਵੀ ਹੁਣ ਵੀ ਚੱਲ ਰਿਹਾ ਉਹ ਇਸ ਟਾਈਮ ਵੀ ਤੇ ਉਹ ਵੀ ਸੁਪਰਸਟਾਰ ਪਹਿਲਵਾਨ ਆ ਮਿੱਟੀ ਚ ਦੰਗਲਾਂ ਚ ਤੇ ਮੇਰੇ ਰੋਲ ਮਾਡਲ ਵੀ ਉਹੀ ਨੇ ਤੇ ਸਾਡਾ ਆਪਣਾ ਵਧੀਆ ਉਹਨਾਂ ਤੋਂ ਹੀ ਸਿੱਖਦਾ ਮੈਂ ਸਭ ਲੋ ਪੂਰਾ ਪੂਰਾ ਪਰਿਵਾਰ ਹੀ ਤੁਹਾਡਾ ਪਹਿਲਵਾਨੀ ਦੇ ਵਿੱਚ ਜੀ ਪਰਿਵਾਰ ਸ਼ੁਰੂ ਤੋਂ ਪਹਿਲਵਾਨੀ ਦਾ ਤਾਂ ਹੌਲੀ ਹੌਲੀ ਮੇਰੇ ਇੰਟਰਸਟ ਹੋ ਗਿਆ ਜੀ ਚਾਤੇ ਪੂਰੇ ਪੰਜਾਬ ਚੋ ਹੀ ਨਹੀਂ ਪੂਰੇ ਭਾਰਤ ਵਰਸ਼ ਦੇ ਵਿੱਚੋਂ ਤੁਹਾਨੂੰ ਕੀ ਜਿਹੜੀ ਮੁਬਾਰਕਾ ਮਿਲ ਰਹੀ ਹੈ ਸੀਐਮ ਸਾਹਿਬ ਨੇ ਹੀ ਪੰਜਾਬ ਦੇ ਤੁਹਾਨੂੰ ਮੁਬਾਰਕਾ ਦਿੱਤੀ ਅਛਾ ਕੰਪੀਟੀਸ਼ਨ ਲੜਨ ਤੋਂ ਪਹਿਲਾਂ ਤੁਹਾਨੂੰ ਸਰਕਾਰ ਵੱਲੋਂ ਜਾਂ ਕੁਝ ਅਧਿਕਾਰੀਆਂ ਵੱਲੋਂ ਕੋਈ ਹੈਲਪ ਵਗੈਰਾ ਇਦਾਂ ਦੀ ਕੀਤੀ ਗਈ ਸੀ ਕਿ ਤੂੰ ਤਿਆਰੀ ਕਰ ਇਸ ਗੇਮ ਵਾਸਤੇ ਵੈਸੇ ਸਾਡਾ ਹੁਣ ਜਿੱਥੇ ਅਸੀਂ ਆਪਣਾ ਜਾ ਰਹੇ ਹਾਂ ਮੁੱਲਾਂਪੁਰ ਅਕੈਡਮੀ ਹੈ ਜੀ ਖੜਾ ਸਾਡੇ ਬਾਬਾ ਪੂਰਨਦਸ ਜੀ ਡੂੰਮਸ਼ੜੀ ਤੇ ਅਕੈਡਮੀ ਮੁੱਲਾਂਪੁਰ ਜਿੱਥੇ ਮੈਂ ਟ੍ਰੇਨਿੰਗ ਕਰਦਾ ਤੇ ਉੱਥੇ ਉੱਥੋਂ ਦੇ ਆਪਣਾ ਮੇਰੇ ਮਨੂ ਗੁਰੂ ਜੀ ਜਾਂ ਗੋਲੂ ਪਹਿਲਵਾਨ ਜੀ ਮੁੱਲਾਂਪੁਰ ਵਾਲੇ ਤੇ ਉਹਨਾਂ ਅੱਜ ਤੇ ਮੈਨੂੰ ਅਸੀਂ ਮੈਨੂੰ 8 ਸਾਲ ਹੋ ਗਏ ਪੁਲਵਾਨੀ ਸ਼ੁਰੂ ਕੀਤੀ ਨੂੰ ਮੈਂ 2015 ਸ਼ੁਰੂ ਕੀਤੀ ਸੀ ਤਾਂ ਨਾ 2014 ਚ ਸ਼ੁਰੂ ਕੀਤੀ ਸੀ 14 14 ਜਾਂ 14 ਸ਼ੁਰੂ ਕੀਤੀ 15 ਮਾਰਚ ਨੂੰ ਤੇ ਉਦੋਂ ਦਾ ਹੀ ਉਹਨਾਂ ਦੇ ਆਪਣਾ ਖਾੜੇ ਚ ਬਾਹਰ ਦਾ ਕੋਚ ਰੱਖਿਆ ਹੋਇਆ ਸਪੈਸ਼ਲ ਹੈ ਪਹਿਲਾਂ ਜਾਰਜੀਆ ਦਾ ਕੋਚ ਰਿਹਾ ਹੈ ਕਾਫੀ ਦੇਰ ਤੇ ਹੁਣ ইরਾਨੀ ਕੋਚ ਆਪਣਾ ਕੱਲ ਪਰਸੋਂ ਹੀ ਦੂਸਰਾ ਨਿਆ ਨਵਾਂ ਕੋਚ ਆਇਆ ਜੀ ਹੁਣ ਤਾਂ ਉਹਨਾਂ ਦੀ ਬਹੁਤ ਕਿਰਪਾ ਰਹੀ ਹੈ ਜੋ ਆਪਣਾ ਨਾਲ ਹੈਲਪ ਕਰਦੇ ਰਹੇ ਉਹਨਾਂ ਦਾ ਆਪਣਾ ਸੈਂਟਰ ਦਾ ਖੁਦੋ ਕਾਫੀਸ ਭਰ ਦੇ ਰਹੇ ਕੋਚ ਦੀ ਹੁਣ ਵੀ ਜਿਹੜਾ ਕੋਚ ਆਇਆ ਉਹਦੀ 1.6 ਲੱਖ ਰੁਪਏ ਫੀਸ ਹੈ ਜੀ ਮਹੀਨੇ ਦੀ ਤੇ ਮੰਨ ਲਓ ਬਾਕੀ ਨਾਲ ਸਹਿਯੋਗ ਕਰਦੇ ਆ ਜੇ ਕਈ ਵਾਰ ਨਹੀਂ ਦੇ ਹੁੰਦਾ ਫਿਰ ਉਹ ਆਪ ਮੰਨ ਲਓ ਹਾਂ ਆਪ ਅੱਛਾ ਅਕਸਰ ਇਦਾਂ ਹੁੰਦਾ ਕਿ ਪੰਜਾਬ ਦੇ ਵੀ ਜਿਹੜੇ ਪੰਜਾਬ ਦੇ ਨੇ ਕਿ ਪੰਜਾਬ ਦੇ ਕੋਚ ਮਾੜੇ ਲੇਕਿਨ ਉੱਥੇ ਜਿਹੜੀ ਟੈਕਨੀਕ ਆ ਉਹ ਲਗ ਟੈਕਨੀਕ ਹੁੰਦੀ ਆ ਲੇਕਿਨ ਤਾਂ ਵੀ ਤੁਹਾਨੂੰ ਉਹਨਾਂ ਨੇ ਬਾਹਰਲਾ ਕੋਚ ਜਿਹੜਾ ਮੰਗਵਾਇਆ ਤੁਹਾਨੂੰ ਟ੍ਰੇਨ ਕਰਦੇ ਨੇ ਕਿਵੇਂ ਦਾ ਮਹਿਸੂਸ ਹੁੰਦਾ ਨਾ ਕਿਵੇਂ ਨਾਲ ਤੁਹਾਡੀ ਤਾਲਮਿਲ ਕਿਵੇਂ ਕਰਦੇ ਉਹਨਾਂ ਦੇ ਨਾਲ ਤਾਲਮਿਲ ਹੁਣ ਸ਼ੁਰੂ ਤੋਂ ਮੈਨੂੰ ਜੇ 7-8 ਸਾਲ ਹੋ ਗਏ ਬਾਹਰਲੇ ਕੋਚਾਂ ਨਾਲ ਜੀ ਹੁਣ ਤਾਂ ਆਦਤ ਪੈ ਗਈ ਆ ਕੋਈ ਵੀ ਆਉਂਦਾ ਤਾਂ ਨਾਲ ਕਰ ਲੈਂਦੇ ਆ ਉਹਨਾਂ ਨਾਲ ਇੰਟਰੈਕਸ਼ਨ ਅੱਛਾ ਤੇ ਜਦੋਂ ਸਭ ਤੋਂ ਪਹਿਲਾਂ ਤੁਸੀਂ ਕਰੇ ਫੋਨ ਕੀਤਾ ਕਿ ਮੈਂ ਬ੍ਰੌਂਸ ਮੈਡਲ ਲਿਆ ਤੇ ਕਰਦ ਪਹਿਲਾਂ ਵੀ ਜਦ ਮੇਰੀ ਇੱਕ ਦਿਨ ਪਹਿਲਾਂ ਕੁਸ਼ਤੀ ਖਰਾਬ ਹੋ ਗਈ ਸੀ ਬਾਅਦ ਚ ਰੀਪੈਚ ਹੋਈ ਸੀ ਉਹ ਕੁਸ਼ਤੀ ਥੋੜੀ ਮਤਲਬ ਪੂਰੀ ਵਧੀਆ ਕੁਸ਼ਤੀ ਹੋਈ ਸੀ ਆਪਣਾ 10-10 ਨਾਲ ਉਹ ਹੀ ਉਹਦੇ ਲਾਸਟ 4 ਪੁਆਇੰਟ ਤੇ ਤਾਂ ਕਰਕੇ ਉਹ ਉਹਦੇ ਅਕੋਰਡਿੰਗ ਜਿੱਤ ਗਿਆ ਤੇ ਵਾਚ ਕੁਛ ਨਹੀਂ ਉਹਨਾਂ ਨੇ ਆਈ ਫੋਨ ਕਰਕੇ ਮੈਨੂੰ ਆਈ ਸੀ ਵੀ ਥੋੜਾ ਕੁਝ ਕਹਿਣਗੇ ਕੁਛ ਨਹੀਂ ਹੈਗਾ ਵੀ ਹਰਜੀਤ ਬਣੀ ਵੀ ਹੈ ਵੀ ਕੱਲ ਨੂੰ ਦੁਵਾਰਾ ਕੁਸ਼ਤੀ ਹੋਊਗੀ ਤਾਂ ਵਧੀਆ ਲੜਨਾ ਵਾਸਤੇ ਹਾਂਜੀ ਆਪਣਾ 100% ਦੇਣਾ ਤੇ ਇਸ ਤੋਂ ਪਹਿਲਾਂ ਤੁਸੀਂ ਕੋਈ ਕੁਸ਼ਤੀ ਆ ਪਹਿਲਵਾਨੀ ਲੜੀ ਹੈ ਕਿ ਇਹ ਤੁਹਾਡਾ ਪਹਿਲਾ ਮੁਕਾਬਲਾ ਸੀ ਮੇਰਾ ਆਪਣਾ ਆਪਾ ਨੈਸ਼ਨਲ ਪਹਿਲੀ ਵਾਰ ਲੜਿਆ ਸੀ ਯਾਨੀ ਨੈਸ਼ਨਲ ਤੋਂ ਬਾਅਦ ਫਿਰ ਟ੍ਰਾਇਲ ਹੋਈ ਟ੍ਰੈਲਾਂ ਚ ਸੈLECTION ਤੇ ਮੇਰਾ ਪਹਿਲਾ ਟੂਰ ਸੀ ਵਾਰ ਦਾ ਤਾਂ ਪਹਿਲਾਂ ਪ੍ਰਾਈਵੇਟ ਕੰਪੀਟੀਸ਼ਨ ਦਾ ਲੜਦਾ ਹੀ ਰਹਿੰਦਾ ਤੇ ਜਿੱਕਣਾ ਕੋਈ ਟਾਈਟਲ ਕਰਾ ਦਿੰਦੇ ਤਾਂ ਕੋਈ ਪ੍ਰਾਈਵੇਟ ਕੰਪੀਟੀਸ਼ਨ ਉਹ ਸ਼ੁਰੂ ਤੋਂ ਹੀ ਲੜਦੇ ਰਹੇ ਹਾਂ ਤੇ ਆ ਗਵਰਨਮੈਂਟ ਸਰਕਾਰੀ ਵਾਲਾ ਪਹਿਲਾਂ ਲੜਿਆ ਸੀ ਹਾਂਜੀ ਤੇ ਭਾਈ ਹੁਣ ਤੁਸੀਂ ਕਿਹੜੀ ਅਗਲੀ ਕਿਹੜੀ ਗੇਮ ਦੀ ਤਿਆਰੀ ਕਰ ਰਹੇ ਹੋ ਕਿਉਂਕਿ ਤੁਸੀਂ ਹੁਣੇ ਬ੍ਰਾਂonz ਮੈਡਲ ਆ ਤੁਹਾਡਾ ਟਾਰਗੇਟ ਤਾਂ ਤੁਸੀਂ 골ਡ ਹੀ ਆਪਣਾ ਟਾਰਗੇਟ ਰੱਖਿਆ ਹੋਣਾ ਹਾਂਜੀ ਟਾਰਗੇਟ ਹੁਣ ਪਹਿਲੀ ਗੱਲ 골ਡ ਦਾ ਹੀ ਹੈ ਤੇ ਹੁਣ ਬਾਕੀ 올림픽 ਦਾ ਟਾਰਗੇਟ ਰੱਖਿਆ ਹੋਵੇ ਜੀ ਮੇਨ ਜੀ 2028 24 20 ਪਹਿਲਾਂ 24 ਵਾਸਤੇ ਕੁਆਲੀਫਾਈ ਕਰਕੇ ਉੱਥੇ ਮੈਡਲ ਦੀ ਪਰ 28 ਦਾ ਪੱਕਾ ਰੱਖਿਆ ਹੋਇਆ ਤੇ ਹੁਣ ਬਾਕੀ ਮੇਨ ਟਾਰਗੇਟ ਤਾਂ ਹੀ ਹੈ ਕਿ ਸਾਲ ਤੱਕ ਸੀਨੀਅਰ ਚ ਮੈਨੂੰ ਹੁਣ ਤਾਂ ਇਹ ਤੇ ਕੈਡਿਟ ਦੀ ਨਾ ਅੰਡਰ 17 ਤਾਂ ਅਗਲੇ ਸਾਲ ਤੱਕ ਮੈਂ ਵੀ ਸੀਨੀਅਰ ਚ ਪੰਜਾਬ ਚੋ ਚ ਸਿਲੈਕਟ ਹੋ ਕੇ ਨੈਸ਼ਨਲ ਚ ਬੇਜੁਰੜ ਸਿਲੈਕਟ ਹੋਵਾਂ ਜੀ ਤੇ ਪੰਜਾਬ ਦੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਜੀ ਨੇ ਤੁਹਾਨੂੰ ਜਿਹੜਾ ਕਿ ਵਧਾਈ ਦਿੱਤੀ ਹੈ ਤੇ ਪੂਰੇ ਪਾਰ ਵਰ ਦੇ ਵਿੱਚੋਂ ਤੁਹਾਨੂੰ ਵਧਾਈਆਂ ਮਿਲ ਰਹੀਆਂ ਹੋਣੀਆਂ ਤੁਹਾਨੂੰ ਲੱਗਦਾ ਕਿ ਹੁਣ ਸਰਕਾਰ ਨੂੰ ਇਸ ਜਿਹੜੀ ਕੁਸ਼ਤੀ ਹੈ ਜਿਹੜੇ ਤੁਸੀਂ ਉੱਥੇ ਖੇਡ ਕੇ ਆਏ ਹੋ ਇਹਨੂੰ ਪ੍ਰੋਮੋਟ ਵੀ ਹੋਈ ਹੈ ਇੱਕ ਤੁਹਾਡੇ ਬਦੌਲਤ ਕਿਉਂਕਿ ਤੁਸੀਂ ਬ੍ਰੌਂਜ਼ ਮੈਡਲ ਲੈ ਕੇ ਆਏ ਹੋ ਮਨ ਲਓ ਜਿੱਕਣਾ ਹੁਣ ਸਾਰਿਆਂ ਨੂੰ ਪਤਾ ਸੀਐਮ ਸਾਹਿਬ ਨੇ ਵਧਾਈਆਂ ਦਿੱਤੀਆਂ ਲੋਕਾਂ ਨੂੰ ਪਤਾ ਲੱਗਦਾ ਤੇ ਲੋਕਾਂ ਦਾ ਇਹ ਚੀਜ਼ ਵੱਲ ਰੁਝਾਨ ਵਧ ਰਿਹਾ ਹੈ ਹਾਂਜੀ ਹਾਂ ਤੇ ਖੁਸ਼ੀ ਹੋਈ ਉਹ ਵੀ ਸੁਣ ਕੇ ਕਿ ਉਹਨਾਂ ਨੂੰ ਵੀ ਉਹਨਾਂ ਨੇ ਆਪਣਾ ਮਾਣ ਮਹਿਸੂਸ ਕੀਤਾ ਜੇ ਸਾਨੂੰ ਆਪਣਾ ਹੱਲਾਸ਼ੇਰੀ ਦਿੱਤੀ ਮੰਨ ਲਓ ਤੇ ਜਿੱਤਨ ਤੋਂ ਬਾਅਦ ਕੋਈ ਸਰਕਾਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲ ਕੋਈ ਐਲਾਨ ਕੀਤਾ ਗਿਆ ਹੋਵੇ ਹੁਣ ਆਪਣਾ ਅਸੀਂ ਅੱਜ ਆਉਂਦੇ ਹੋਏ ਹੁਣ ਡੀਸੀ ਦਫ਼ਤਰ ਗਏ ਸੀ ਡੀਐਸਓ ਸਾਹਿਬ ਕੋਲ ਉਹਨਾਂ ਨੇ ਸਾਨੂੰ ਆਪਣਾ ਜਿੱਥੇ ਆਪਣਾ ਪਿੰਡ ਆ ਉੱਥੇ ਮੈਟਲ ਅਲਾਟ ਕੀਤਾ ਤੇ ਆਪਣਾ ਹਾਲ ਇੱਕ ਰੈਸਲਿੰਗ ਹਾਲ ਦੇ ਵਿੱਚ ਮੈਟ ਅਲਾਟ ਕੀਤਾ ਉਹ ਖੁਦ ਆਪ ਬਣਾਵਾ ਕੇ ਦੇਣਗੇ ਉਹਨਾਂ ਨੇ ਸੁਲਤਾਨ ਪ੍ਰੋਵਾਈਡ ਕਰ ਰਹੇ ਆ ਉਹ ਵੀ ਹੁਣ ਸਾਨੂੰ ਤੋਂ ਸਾਡੇ ਪੰਜਾਬ ਟੂਡੇ ਦੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਹੋਣ ਤੇ ਅਸੀਂ ਇਹੀ ਅ ਤਰ ਤੋ ਉਮੀਦ ਵੀ ਕਰਾਂਗੇ ਤੇ ਸਾਡੀ ਇਹੀ ਦੁਆਵਾਂ ਵੀ ਹੋਣਗੀਆਂ ਕਿ ਤੁਸੀਂ ਆਪਣੇ ਜਿਹੜਾ ਭਾਰਤ ਦੇਸ਼ ਹੈ ਸਾਡਾ ਇਹਦੇ ਪੰਜਾਬ ਵਾਸਤੇ ਤੇ ਪੂਰੇ ਭਾਰਤ ਦੇਸ਼ ਵਾਸਤੇ 골ਡ ਲੈ ਕੇ ਆਓ ਜਰੂਰ ਜੀ ਜਰੂਰ ਮੈਂ ਵੀ ਆਪਣਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਜੀ ਬਿਲਕੁਲ ਸੋ ਇਹ ਸੀਗੇ ਸਾਡੇ ਨਾਲ ਪੰਜਾਬ ਦੇ ਜਸਪੂਰਨ ਸਿੰਘ ਜੀ ਜਿਨ੍ਹਾਂ ਨੇ ਕੀ ਇਟਲੀ ਦੇ ਵਿੱਚ ਹੋ ਰਹੀਆਂ ਜਿਹੜੀਆਂ ਵਰਲਡ ਡਰੈਸਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਕਿ ਬ੍ਰੌਂਜ਼ ਮੈਡਲ ਹਾਸਲ ਕੀਤਾ ਤੇ ਡੇ ਚੈਨਲ ਦੇ ਵੀ ਅਸੀਂ ਇਹਨਾਂ ਨੂੰ ਜਿਹੜਾ ਕੀ ਹੈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਕਿ ਆਉਣ ਵਾਲੇ ਜਿਹੜੇ ਹੋਰ ਜੜੀਆਂ ਵੱਡੀਆਂ ਗੇਮਸ ਹੋਣਗੀਆਂ ਉਹਦੇ ਵਿੱਚ ਦੇਸ਼ ਲਈ ਨਹੀਂ ਪੰਜਾਬ ਲਈ ਨਹੀਂ ਬਲਕਿ ਪੂਰੇ ਦੇਸ਼ ਵਾਸਤੇ ਜਿਹੜਾ ਕੀ ਹੈ 골ਡ ਲੈ ਕੇ ਆਣ। ਕਿਵੇਂ ਤੁਹਾਨੂੰ ਲੱਗ ਰਿਹਾ ਤੁਹਾਡਾ ਬੇਟਾ ਅੱਜ ਪੂਰੇ ਪੰਜਾਬ ਲਈ ਨਹੀਂ ਬਲਕਿ ਪੂਰੇ ਭਾਰਤ ਲਈ ਜਿਹੜਾ ਕੀ ਹੈ ਬ੍ਰਾਂਸ ਮੈਡਲ ਲੈ ਕੇ ਆਇਆ। ਬਹੁਤ ਜ਼ਿਆਦਾ ਖੁਸ਼ੀ ਹੈ ਵੀਰ ਜੀ ਵੀ ਪੰਜਾਬ ਤੋਂ ਸਾਡਾ ਬੱਚਾ ਕੋਈ ਗਿਆ ਬਾਹਰ ਕਿਉਂਕਿ ਸੁਣਿਆ ਵੀ ਸ਼ਾਇਦ 30 ਸਾਲ ਤੋਂ ਬਾਅਦ ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਗਿਆ ਬੱਚਾ ਅੰਡਰ 17 'ਚ ਤਾ ਉਹਦਾ ਸੁਪਨਾ ਸੀਗਾ ਉਹਨੇ ਆਪਣਾ ਮੋਟਿਵ ਲਾਇਆ ਹੋਇਆ ਦੀਵਾਰ ਤੇ ਲਿਖ ਕੇ ਸਾਰਾ ਕਿ ਮੈਂ ਇਹ ਸੰਚ ਇੱਥੇ ਜਾਣਾ 올림픽ਸ ਦਾ ਲਾਇਆ ਅਗਲਾ ਉਹਨੇ ਉਹਦਾ ਟਾਰਗੇਟ ਹੈ ਸ਼ੁਰੂ ਤੋਂ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਜੀ ਉਹ ਤੇ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਸੀਗਾ ਉਹਨਾਂ ਦੇ ਬੜੇ ਬ੍ਰਦਰ ਹੈ ਜਿਹੜੇ ਜਸਪੂਰਨ ਦੇ ਉਹ ਵੀ ਪਹਿਲਵਾਨ ਨੇ ਤੇ ਪਹਿਲਵਾਨੀ ਦੇ ਵਿੱਚ ਸ਼ੁਰੂ ਤੋਂ ਤੁਸੀਂ ਆਪਣੇ ਬੱਚਾ ਨੂੰ ਪਾਇਆ ਹੋਇਆ ਹਾਂਜੀ ਫਿਰ ਅਸੀਂ ਉਹ ਮਿੱਟੀ 'ਚ ਸੀਗਾ ਜੀ ਕਮਲਜੀ ਡੁੰਮਸ਼ੜੀ ਫਿਰ ਸਾਨੂੰ ਲੱਗਿਆ ਕਿ ਜੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਾਣਾ ਤਾਂ ਸਾਨੂੰ ਮੈਟ ਦੀ ਚਾਹੀਦੀ ਹੈ ਪਹਿਲਵਾਨੀ ਫਿਰ ਸਾਡਾ ਪਿੰਡ ਵੈਸੇ ਬਹਿਰਾਮਪੁਰ ਹੈ ਫਿਰ ਅਸੀਂ ਮੁੱਲਾਂਪੁਰ ਚਲੇ ਗਏ ਜੀ ਅੱਗੇ ਤਾਂ ਮੁੱਲਾਂਪੁਰ ਗਰੀਬ ਦਾਸ ਉੱਥੇ ਅਖਾੜਾ ਆਪਣਾ ਮੈਟ ਦਾ ਅਖਾੜਾ ਜੀ ਉੱਥੇ ਤੇ ਬਾਹਰੋਂ ਕੋਚ ਆਏ ਜੌਰਜੀਆ ਤੋਂ ਇਹ ਇਰਾਨ ਤੋਂ ਆ ਰਹੇ ਆ ਜੀ ਕੋਚ ਉਹ ਸੈਕਿੰਡ ਚ ਸੀਗਾ ਜਦੋਂ ਦਾ ਪਹਿਲਵਾਨੀ ਕਰ ਰਿਹਾ ਜੀ ਪ੍ਰੈਕਟਿਸ ਕਰ ਰਿਹਾ ਆਪਣੀ ਤੇ ਉਹਨਾਂ ਦੇ ਸਿਸਟਰ ਵੀ ਅਸੀਂ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਬ੍ਰਦਰ ਅੱਜ ਲੈ ਕੇ ਆਏ ਆ ਪੂਰੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ ਬ੍ਰੌਂਜ਼ ਮੈਡਲ ਲੈ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਹਾਂਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਮੇਰਾ ਭਰਾ ਮੈਡਲ ਲੈ ਕੇ ਆਏ ਆ ਤੇ ਬਹੁਤਾ ਸਾਨੂੰ ਐ ਵੀ ਅਸੀਂ ਮੁੱਲਾਂਪੁਰੇ ਮੈਂ ਵਿਆਹ ਹੀ ਹੋਈਆਂ ਤੇ ਮੇਰਾ ਇਹ ਉੱਥੇ ਹੀ ਰਹਿੰਦੇ ਆ ਸਾਡੇ ਕੋਲੇ ਅੱਛਾ ਜੀ ਜੀ ਹਾਂਜੀ ਹਾਂ ਇਸ ਕਰਕੇ ਸਾਨੂੰ ਬਹੁਤ ਮਾਣ ਦੀ ਗੱਲ ਆ ਖੁਸ਼ੀ ਦੀ ਗੱਲ ਆ ਤੇ ਉਹਨਾਂ ਦੇ ਮਾਸੀ ਜੀ ਵੀ ਸਾਡੇ ਨਾਲ ਨੇ ਕਿਵੇਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਜਦੋਂ ਦੇ ਉਹ ਆਏ ਆ ਜਿੱਥੇ ਤੁਸੀਂ ਪਿੰਡਾਂ ਪਿੰਡਾਂ ਵੱਲੋਂ ਆ ਰਹੇ ਹੋ ਤੁਹਾਨੂੰ ਕਿਵੇਂ ਦਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਲੋਕ ਇੰਨੀ ਕਿ ਕਦਰ ਕਰਦੇ ਹੋਣਗੇ ਰੈਸਲਿੰਗ ਦੀ ਤੇ ਪੰਜਾਬ ਜਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕਿਆ ਤੁਹਾਨੂੰ ਲੱਗਦਾ ਹੈ ਕਿ ਹੁਣ ਫੇਰ ਤੋਂ ਨੌਜਵਾਨ ਪ ਮੋੜ ਫਾਲੋ ਕਰੇਗੀ ਅਸੀਂ ਇਸ ਗੇਮ ਨੂੰ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ 17 ਸਾਲ ਦਾ ਜਿਹੜਾ ਸਾਡੇ ਭਾਬੀ ਜੀ ਉਹਨਾਂ ਦੇ ਨਾਲ ਸਾਡਾ ਮੌਜੂਦ ਹੈ ਕਿਵੇਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਇੱਕ ਭਾਬੀ ਦੇ ਤੌਰ ਤੇ ਭਾਬੀ ਜਿਹੜਾ ਕੀ ਹੈ ਮਾਂ ਦਾ ਦੂਜਾ ਰੂਪ ਹੁੰਦੀ ਹੈ ਤੁਸੀਂ ਕਿਵੇਂ ਉਹਨਾਂ ਦੀ ਤਿਆਰੀ ਜਿਹੜੀ ਕਰਾਉਂਦੇ ਸੀਗੇ ਜਦੋਂ ਜਾਂਦੇ ਸੀਗੇ ਕੋਈ ਮੀਲ ਵਗੈਰਾ ਕੋਈ ਡਾਈਟ ਵਾਤ ਉਹਨਾਂ ਨੂੰ ਤਿਆਰ ਕਰਕੇ ਦਿੰਦੇ ਸੀ ਕੁਝ ਹਾਂਜੀ ਸਾਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਉਹ ਵੈਸੇ ਤਾਂ ਮੁੱਲਾਂਪੁਰ ਖਾੜੇ ਦੇ ਵਿੱਚ ਰਹਿੰਦੇ ਸੀ ਤੇ ਹਰ ਵੀਕਐਂਡ ਜਾਂ ਸਾਡੇ ਕੋਲ ਆਉਂਦੇ ਸੀ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਤੇ ਮੇਰੀ ਬੇਟੀ ਦੇ ਨਾਲ ਉਹ ਹਰਦਮ ਤੇ ਉਹਨਾਂ ਦਾ ਟਾਰਗੇਟ ਇਹੀ ਸੀ ਕਿ ਮੈਂ ਇਹਨੂੰ ਮਿਲਣਾ ਤਾਂ ਮੈਡਲ ਦਾ ਟਾਰਗੇਟ ਇਹੀ ਸੀ ਹਾਂਜੀ ਸਾਰ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਫਿਰ ਅਸੀਂ ਉਹਨਾਂ ਲਈ ਸ਼ੇਕ ਬਣਾਉਣਾ ਅੰਡੇ ਵਾਲ ਨੇ ਤੇ ਸੋ ਜਿਵੇਂ ਕਿ ਤੁਸੀਂ ਵੇਖਿਆ ਪੂਰੇ ਪਰਿਵਾਰ ਦੇ ਵਿੱਚ ਜਿਹੜਾ ਕੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਹਨੇ ਜਸਪੂਰਨ ਸਿੰਘ ਨੇ ਪੂਰੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਜਿਹੜਾ ਕੀ ਹੈ ਉਹ ਨਾਮ ਰੌਸ਼ਨ ਕੀਤਾ ਕੈਮਰਾਮੈਨ ਅਜੀਤ ਸਿੰਘ ਰਾਣਾ ਦੇ ਨਾਲ ਮੈਚਾਂਕ ਪੰਜਾਬ ਟੂਡੇ ਮੁੱਲਾਪੁਰ